blanket for shoulder at the moment. Put your position. Come to me. Head back though. No matter sister back though. Bleeding or here? Kill and empty. What is sound to throw there? ਪਰ ਮੈਨੂੰ ਤੁਸੀਂ ਦੱਸਿਆ ਮੈਨੂੰ ਕਿਹਨੇ ਦੱਸਿਆ ਪ੍ਰਭੂ ਇੱਥੇ ਆ ਗਿਆ ਭਈ ਆਮੇਨ ਕਿੰਨੇ ਲੋਕ ਯਕੀਨ ਕਰਦੇ ਕਿ ਪ੍ਰਭੂ ਇੱਥੇ ਆ ਪ੍ਰਭੂ ਦਾ ਆਤਮਾ ਮੈਨੂੰ ਦੱਸ ਰਿਹਾ ਕਿ ਇੱਥੇ ਇੱਕ ਭੈਣ ਨੂੰ ਬਲੀਡਿੰਗ ਹੋ ਰਹੀ ਹੈ ਭੈਣ ਕਰੀ ਕਿ ਕਿੰਨੇ ਦਿਨ ਤੋਂ ਹੋ ਰਹੀ ਆ 6-7 ਦਿਨ ਤੋਂ ਬਲੀਡਿੰਗ ਹੋ ਰਹੀ ਔਰ ਬਲੀਡਿੰਗ ਰੁਕ ਨਹੀਂ ਰਹੀ ਅੱਜ ਦੀ ਰਾਤ ਬਲੀਡਿੰਗ ਦੀ ਆਖਰੀ ਰਾਤ ਆ ਆਮੇਨ ਆਹ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ जिन्होंने नींद ना प्यार नहीं जो नींद के प्रेमी नहीं अपने हाथ ही लाओ प्रभु जी कह रहे कि जब घर जाओगे तो एक गुड न्यूज मिलने वास्ते जा रही हूं ਅੱਜ ਪ੍ਰਭੂ ਦਾ ਤਾਂ ਜੋ ਕੁਛ ਨਾ ਕਰ ਰਿਹਾ ਜਗਾ ਦਾ ਪ੍ਰਭੂ ਜੀ ਮੈਨੂੰ ਦੱਸ ਰਿਹਾ ਕਿ ਜਦ ਘਰ ਜਾਓਗੇ ਕਿ ਤੁਹਾਨੂੰ ਗੁੱਡ ਨਿਊਜ਼ ਮਿਲੇਗੀ ਆਮੇਨ ਗੁੱਡ ਨਿਊਜ਼ ਤੁਹਾਡਾ ਪਿੱਛਾ ਕਰੇਗੀ ਆਮੇਨ ਪਿਛਲੇ ਸੰਡੇ ਵਿੱਚ ਆਵਾਜ਼ ਆਈ ਸੀ ਕਿ ਗੁੱਡ ਨਿਊਜ਼ ਘਰ ਜਾਓਗੇ ਮਿਲੇਗੀ ਆਮੇਨ ਉਸ ਸਿਸਟਰ ਨੇ ਜਗਾ ਤੇ ਸਾਡੀ ਬਲੈਂਕੇ ਰਿਆ ਤੁਸੀਂ ਗਿਆਨ ਕੇ ਦੱਸੋ ਗੁੱਡ ਨਿਊਜ਼ ਮਿਲੀ ਦੱਸੋ ਮੈਂ ਇੱਕ ਦੋ ਦੋ ਮਿੰਟ ਕੀ ਗੁੱਡ ਨਿਊਜ਼ ਸੀ ਕਿਉਂਕਿ ਪ੍ਰਭੂ ਇੱਥੇ ਆ ਹਾਲੇਲੂਯਾ जद आत्मा जोरता बल मत जाता ਜਦ ਆਉਂਦਾ ਆਤਮਾ ਜੋਰਦਾ ਆਪਣੀ ਕਵਾਰ ਨਾਲ ਬੋਲਾਂਗੇ ਸਿਸਟਰ ਸਿਸਟਰ ਵੀਨਾ ਦੇ ਨਾਲ ਜਦ ਆਉਂਦਾ ਆਤਮਾ ਜੋਰਦਾ ਸਭ ਨੇ ਖੜੇ ਹੋਣਾ ਉਸ ਤੋਂ ਪਹਿਲੇ ਕਿ ਆਪਾਂ ਥੋੜੀ ਟੈਸਟਮਨੀ ਸੁਣਾਗੇ ਜੋ ਵਾਜੇ ਝੂਠ ਕੇ ਸੱਚਾ ਸੱਚਾ ਇੱਥੇ ਆ ਕਿੰਨੇ ਲੋਕਾਂ ਨੇ ਸੁਣਿਆ ਸੀ ਕਿ ਜਦ ਸ਼ਰਾਬ ਵਾਲੀ ਲੈਣੀ ਮੇਕਅਪ ਕੀ ਕਰ ਲੈਣਾ ਕੀ ਕਰ ਲੈਣਾ ਸੱਚ ਜੋ ਵੱਜ ਰਿਹਾ मेनू कोई नहीं दसदा जो मर्जी आ सकता मैं हर मीटिंग कहना जो मर्जी आ जाओ तुम आप दसोगे जगह तक प्रभु ने दास दिवाला अज हरी के बहुत सारे परिवार जो हरी को अपने हाथ ही लाओ जो हरी के आए एक सिस्टर जगह से आप बोल दी कि मैनू लंबे समय तक मैं गोली खा के सुनी मैं गोलियां की नींद आती थी एक मीटिंग बुधवार कि गोली छुट चुकी है आजो 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 ये नाल दी नाल मीटिंग के नाल दी नाल टेस्ट मिली बहुत वादिया दवाइया प्रभु मन घबराट हालेलुया जिन्हें तक घबराहट नहीं दी तारीफ करो दिल तो सारे भैन भाई अनजान सी जी संत अनजान सी जी मैं भी एक हफ्ता हो गया मैं बहुत बीमार हाँ कि मैंने सांस की बहुत प्रॉब्लम है ना रात ना मैं दिन सो सकती हूँ बढ़िया लगे हाँ जी बहुत मेरा बुरा हाल है कि मैं दो दो तीन तीन टाइम अजनाले में दवाई लैन जा रही हूँ डॉक्टर को मैं मासा फर्क नहीं पै रहा
ਮੈਂ ਜਦੋਂ ਦਾ ਕਿ ਉਹ ਮਨ ਚ ਸੋਚਿਆ ਕਿ ਮੈਂ ਪ੍ਰੇਅਰ ਤੇ ਜਾਣਾ, ਪਹਿਲਾਂ ਮੇਰਾ ਮਨ ਨਹੀਂ ਕਰਦਾ ਕਿ ਮੈਂ ਪ੍ਰੇਅਰ ਤੇ ਜਾਵਾਂ, ਮੈਂ ਕਿਹਾ ਮੇਰੇ ਕੋਲ ਬੈਠਾ ਨਹੀਂ ਜਾਣਾ ਵੀ। ਮੇਰੇ ਹਸਬੈਂਡ ਕਹਿੰਦੇ ਕਿ ਨਹੀਂ ਤੂੰ ਪ੍ਰੇਅਰ ਤੇ ਜਾਣਾ ਵਾ, ਤੂੰ ਉਦਣ ਦੀ ਵੀ ਨਹੀਂ ਪ੍ਰੇਅਰ ਤੇ ਬੈਠੀ। ਮੈਂ ਕਿਹਾ ਮੇਰੇ ਕੋਲ ਬੈਠਾ ਨਹੀਂ ਜਾਣਾ ਤੇ ਮੈਂ, ਮੈਨੂੰ ਸਾਹ ਬਹੁਤ ਚੜ ਰਿਹਾ ਹੈ, ਪਰ ਇਹ ਕਿ ਮੇਰੇ ਕੋਲ ਗਲਤੀ ਹੋਈ ਆ ਜਿਹੜੀ ਸੰਤਾਂ ਨੇ ਕਹੀ ਆ। ਅੱਜ ਬਹੁਤ ਸਾਰੇ ਲੋਕ ਇਹ ਚਰਚ ਕਿਉਂ ਡਰਦੇ ਆ, ਇੱਥੇ ਮੇਕਅਪ ਤੋਂ ਡੱਕਦੇ ਆ, ਪਰ ਤੁਹਾਨੂੰ ਮੇਕਅਪ ਕਦੀ ਸਵਰਗ ਵਿੱਚ ਕੜ ਨਹੀਂ ਸਕਦਾ, ਬਚ ਜਾਓ। ਅੱਜ ਲੋਕੀ ਕਿੱਥੇ ਜਾਣਾ ਪਸੰਦ ਕਰਦੇ ਆ, ਜਿੱਥੇ ਕੋਈ ਰੋਕ ਟੋਕ ਨਹੀਂ ਆ, ਸਾਡੇ ਆਪਣੇ ਤਰੀਕੇ ਕੀ ਆ। ਪਰ ਇੱਕ ਦਿਨ ਪ੍ਰਭੂ ਪੁੱਛੇਗਾ ਕਿ ਤੂੰ ਆਪਣੇ ਤਰੀਕੇ ਨਾਲ ਚੱਲੀ, ਚੱਲ ਹੁਣ ਫਿਰ ਤੇਰਾ ਰਾਹ ਆਈ। ਇੱਕ ਸਿਸਟਰ ਦੀ ਆਵਾਜ਼ ਮੈਨੂੰ ਆ ਰਹੀ ਆ, ਉਹ ਜੈਬ ਵਾਲੀ ਤੋਂ ਸਿਸਟਰ ਆ, ਉਹਦਾ ਨਾਮ ਬਿੱਲਾ ਵਾ ਬਿੱਲਾ। ਪ੍ਰਭੂ ਜੀ ਕਹਿ ਰਹੇ ਕਿ ਪੇਟ ਦੇ ਉੱਤੇ ਬਹੁਤ ਸਾਰੀ ਇਨਫੈਕਸ਼ਨ, ਬਹੁਤ ਸਾਰੇ ਬੁਰਾ ਹਾਲ ਸੀ, ਔਰ ਪ੍ਰਭੂ ਜੀ ਕਹਿ ਰਹੇ ਕਿ ਜਦ ਅਨੋਇੰਟਿੰਗ ਆਇਲ ਮੀਟਿੰਗ ਦੇ ਵਿੱਚ ਉਹਨਾਂ ਬਲੈਸਿੰਗ ਕੀ ਔਰ ਆਇਲ ਲਗਾਉਣਾ ਸ਼ੁਰੂ ਕੀਤਾ, ਅੱਜ ਪੇਟ ਬਿਲਕੁਲ ਠੀਕ ਹੋ ਚੁੱਕਾ। ਜਿੱਥੇ ਵੀ ਪੈਣ ਆ, ਵਲੰਟੀਅਰ ਨੂੰ ਅੱਗੇ ਲੈ ਕੇ ਆਓ, ਵਲੰਟੀਅਰ ਔਰ ਸਿਸਟਰ ਨੂੰ ਅੱਗੇ ਲੈ ਕੇ ਆਓ। ਹਾਂ ਠੀਕ ਹੈ, ਸਭ ਤਾਰੀਫ ਕਰੋ ਪ੍ਰਭੂ ਦੀ। ਹਾਂ ਇੱਕ ਭਜਨ ਸੁਣਾ ਗਿਆ ਸੀ, ਜਦੋਂ ਉਹਦਾ ਆਤਮਾ ਜੋੜਦਾ, ਸਭ ਨੇ ਖੜੇ ਰਹਿਣਾ, ਕਿਸੇ ਨੇ ਬੈਠਣਾ ਨਹੀਂ ਆ, ਜਿੱਥੇ ਪ੍ਰਭੂ ਦੇ ਬੱਚੇ ਦਾ ਜ਼ਿਕਰ ਰਹਿਣਾ ਵਾ, ਜਿਨ੍ਹਾਂ ਦੀਆਂ ਗਵਾਹੀਆਂ ਵਾ ਆਪਣੀਆਂ ਪਰਚੀਆਂ ਬਣਾ ਕੇ ਬਹੁਤ ਜਲਦ ਦਸਤੇ ਮਨੀ ਵਾਸਤੇ ਆਓ। ਹਾਂ ਤੁਸੀਂ ਇਹ ਜਗ੍ਹਾ ਤੇ ਆ ਰਹੇ ਹੋ। ਸਿਸਟਰ ਰੀਤੂ ਕਿੱਥੇ ਆ, ਇੱਕ ਮੈਕ ਪਕੜੋ, ਸਿਸਟਰ ਰੀਤੂ ਕਿੱਥੇ ਆ, ਮੈਕ ਪਕੜੋ, ਇਹਦੀਆਂ ਗਵਾਹੀਆਂ ਕਰਾਓ, ਤੁਸੀਂ ਇੱਧਰ ਆਓ, ਅੱਗੇ ਲੈ ਕੇ ਆਓ ਜਰਾ ਦੋ ਮਿੰਟ, ਇੱਕ ਮੈਂ ਟੈਸਟੀਮਨੀ ਕਰਾਵਾਂਗਾ, ਉਸ ਤੋਂ ਬਾਅਦ ਆਪਾਂ ਭਜਨ ਇੱਕੋ ਬਸ। ਹਾਲੇਲੂਇਆ, ਅੱਗੇ ਹੋ ਗਏ, ਇਹਨਾਂ ਨੂੰ ਅੱਗੇ ਲਿਓ, ਸਭ ਦਿਲ ਤੋਂ ਤਾਰੀਫ ਕਰੋ ਇਸ ਟੈਸਟੀਮਨੀ ਦੇ ਵਾਸਤੇ। ਤੁਸੀਂ ਦੋ ਮਿੰਟ ਅੱਗੇ ਹੋ, ਇੱਧਰ ਇੱਧਰ ਹੋ, ਕਹਿਣਾ ਮੈਂ ਠੀਕ ਕਰਨਾ, ਪ੍ਰਭੂ ਨੇ ਕਰਨਾ, ਇੱਧਰ ਅੱਗੇ ਹੋ ਜਰਾ, ਪਹਿਲਾਂ ਪੌੜੀਆਂ ਤੇ ਚੜੋ ਜਰਾ, ਅੱਜ ਇੱਕ ਕਹਿਣੇ ਠੀਕ ਹੋਣੇ, ਇੱਥੋਂ ਕਹਿਣੇ ਵਾਲੇ ਆਏ ਸਾਰੇ, ਤਾਰੀਫ ਕਰੋ ਦਿਲ ਤੋਂ। ਕੈਮਰਾਮੈਨ ਦੀ ਜਿਹੜਾ ਕੈਮਰਾ ਆਪਣਾ ਸਿੱਧਾ ਕਰ ਯਾਰ, ਇਸ ਭੈਣ ਦੇ ਪੇਟ ਦੇ ਵਿੱਚ ਪੂਰੀ ਐਲਰਜੀ ਸੀ, ਕਿੰਨੇ ਲੋਕਾਂ ਨੇ ਦੇਖੀ ਸੀ, ਜਿਹਨੇ ਦੇਖੀ ਸੀ, ਇਹ ਭੈਣ ਕੀ ਕਹਿ ਰਹੀ ਕਿ ਮੈਨੂੰ ਸੱਪ ਨੇ ਵੱਟ ਲਿਆ, ਤੁਹਾਨੂੰ ਮੈਂ ਠੀਕ ਕੀ ਆ, ਫਿਰ ਕੀ ਕੀਤਾ ਤੁਸੀਂ, ਤੁਹਾਡਾ ਨਾਮ ਕੀ ਆ? ਬਿੱਲਾ ਹੀ ਆ। ਕਿੱਥੋਂ ਆਏ ਜਾਵਲ? ਜੈਬ ਵਾਲੀ ਤੋਂ ਭੈਣ ਆਈ, ਕੀ ਵਾਰੀ ਉਹਦਾ ਨਾਮ ਬਿੱਲਾ ਵਾ, ਜੈਬ ਵਾਲੀ ਦਵਾਈ ਆ, ਔਰ ਉਹਦੇ ਪੇਟ ਦੇ ਵਿੱਚ ਪ੍ਰੋਬਲਮ ਸੀ, ਤੇ ਮੈਂ ਤਾਂ ਕਹਿੰਦੀ ਆ ਵੀ ਮੈਨੂੰ ਫਿਰ ਤਾਂ ਵੀ ਲੜ ਗਿਆ ਲੈ, ਪਰ ਫਿਰ ਕੀ ਕੀਤਾ ਤੁਸੀਂ? ਫਿਰ ਮੈਂ ਤੇਲ ਹੀ ਲਾਉਂਦੀ ਰਹੀ। ਹੁਣ? ਹੁਣ ਨਹੀਂ, ਮੈਂ ਠੀਕ ਤੇਲ ਲਾਉਂਦੀ ਆ ਜੀ। ਹੁਣ ਜ਼ਖਮ ਬਿਲਕੁਲ ਠੀਕ ਹੋ ਚੁੱਕਿਆ, ਜਿੱਦਣ ਫਸਟ ਟਾਈਮ ਜ਼ਖਮ ਹੀ, ਤੁਹਾਡੇ ਜ਼ਖਮ ਦੇਖ ਕੇ ਨਹੀਂ ਜਾਂਦੇ, ਬੁੱਧਵਾਰ ਦੀ ਮੀਟਿੰਗ ਸੀ, ਇੱਕ ਕੈਮਰਾ ਸੈਟ ਤੇ ਲੈ ਕੇ ਜੋ ਨਾਲ ਤੁਸੀਂ ਸਿਸਟਰ ਨੂੰ ਜ਼ਖਮ ਚੈੱਕ ਕਰੋ, ਸਭ ਤਾਰੀਫ ਕਰੋ, ਸੰਗੜਾ ਨਹੀਂ ਆ, ਜੋ ਕੋਈ ਮੇਰੇ ਘਰ ਦੀ ਹੈ ਜੇ ਤੇ ਸੰਗਾ ਕੇ ਫਿਰ ਪ੍ਰਭੂ ਦੇ ਬੱਚੇ ਕੀ ਆ, ਸੰਗਣ ਵਾਲੀ ਨਹੀਂ ਆਈ, ਸ਼ੈਤਾਨ ਨੂੰ ਸ਼ਰਮਿੰਦਾ ਕਰਨਾ, ਵੇਖੋ ਕਿੱਡੇ ਵੱਡੇ ਰੋਗ ਤੋਂ ਚੰਗਾ ਕੀਤਾ, ਆਮੇਨ। ਜਨੂੰ ਵਰਗੀ ਪ੍ਰੋਬਲਮ ਸੀ, ਅੱਜ ਬਿਲਕੁਲ ਪੇਟ ਇਹਨਾਂ ਦਾ ਠੀਕ ਹੋ ਚੁੱਕਾ, ਮੇਰਾ ਮਨ ਕਹਿ ਰਿਹਾ ਕਿ ਕੈਮਰਾ ਲੈ ਕੇ ਇਹ ਚੀਜ਼ ਨੂੰ ਮੈਂ ਦਿਖਾਵਾਂ, ਤੁਸੀਂ ਦਿਖਾਓ ਪੇਟ ਆਪਣਾ, ਤੁਹਾਨੂੰ ਕੋਈ ਸੰਗ ਦੀ ਗੱਲ ਨਹੀਂ, ਸੰਗਣਾ ਨਹੀਂ, ਕੈਮਰਾ ਅੱਗੇ ਲੈ ਕੇ ਬੇਟਾ, ਕੈਮਰਾ ਦੇਖੋ, ਚੈੱਕ ਕਰੋ, ਕੈਮਰਾ ਬਿਲਕੁਲ ਲਾਗੇ ਕਰਕੇ ਮਾਰੋ, ਬਸ ਬਸ, ਹਾਂ ਦਿਖਾ, ਕੈਮਰਾ ਬਿਲਕੁਲ ਜ਼ੂਮ ਕਰੋ, ਕਿੰਨੇ ਲੋਕ ਦੇਖਣਾ ਚਾਹੁੰਦੇ ਅਗਲੀ ਸਾਈਡ ਤੇ ਆ ਜਾਓ, ਇਹਨਾਂ ਦੇ ਨਾਲ ਕੌਣ ਆਇਆ, ਇਹਨਾਂ ਦੇ ਘਰ ਦੇ ਨਾਲ ਕੌਣ ਕੌਣ ਆਇਆ, ਤੁਸੀਂ ਵੀ ਆ ਜਾਓ, ਹੋਰ ਕੋਈ ਆਇਆ ਤੁਹਾਡਾ ਪਰਿਵਾਰ ਇਹ ਜਗ੍ਹਾ ਦੇ, ਜਿਹੜਾ ਪਰਿਵਾਰ ਆ ਜਾਓ ਅੱਗੇ ਆ ਜਾਓ, ਆਜੋ ਆਜੋ ਆਜੋ, ਦੇਖੋ ਬਾਈਬਲ ਚ ਲਿਖਿਆ ਪ੍ਰਭੂ ਜੀ ਆਪਣਾ ਵਚਨ ਭੇਜ ਕੇ ਤੇ ਰੋਗੀਆਂ ਨੂੰ ਕੀ ਕਰਦੇ ਆ, ਇਹ ਬਿਮਾਰੀ ਲਾ ਇਲਾਜ ਸੀ, ਡਾਕਟਰ ਕਦੀ ਵੀ ਚੰਗਾ ਨਹੀਂ ਸੀ ਕਰ ਸਕਦਾ, ਦੇਖੋ ਅੱਜ ਤੁਹਾਡੇ ਸਾਹਮਣੇ, ਦਿਖਾਓ ਦਿਖਾਓ ਦਿਖਾਓ, ਬਿਲਕੁਲ ਠੀਕ ਹੋ ਚੁੱਕੀ ਆ, ਕੀ ਕਰਦੇ ਰਹੇ ਭੈਣ ਜੀ ਤੁਸੀਂ, ਇਹਨਾਂ ਕੀ ਕੀਤਾ ਜੀ? ਇਹ ਪ੍ਰਭੂ ਦਾ ਤੇਲ ਲਾਉਂਦੇ ਰਹੇ, ਪ੍ਰਭੂ ਦਾ ਬਲੱਡ ਲਾਉਂਦੇ ਰਹੇ, ਹਰ ਬੁੱਧਵਾਰ ਔਰ ਸੰਡੇ ਵਿੱਚ ਤੁਸੀਂ ਮੀਟਿੰਗ ਅਟੈਂਡ ਕਰਦੇ ਰਹੇ, ਅੱਜ ਬਿਲਕੁਲ ਕੀ ਹੋ ਚੁੱਕੇ ਆ, ਠੀਕ ਹੋ ਗਏ, ਆਜ਼ਾਦ ਹੋ ਚੁੱਕੇ ਆ, ਸਭ ਪ੍ਰਭੂ ਦੀ ਮਹਿਮਾ ਕਰਾਂਗੇ ਅਸੀਂ, ਆਮੇਨ, ਸਭ ਤਾਰੀਫ ਕਰੋ, ਸਭ ਤਾਰੀਫ ਕਰੋ, ਜਾ ਸਕਦੇ ਤੁਸੀਂ, ਸਭ ਤਾਰੀਫ ਕਰੋ, ਹੀਲਿੰਗ ਦੇ ਵਾਸਤੇ ਹੁਣ ਜੀ ਰਾਮ ਦਾ, ਇਹਨਾਂ ਦੀ ਗਵਾਹੀ ਤੇ ਬੜੀ ਜ਼ਬਰਦਸਤ ਆ, ਲੰਬੇ ਸਮੇਂ ਤੋਂ ਦੁਸ਼ਟ ਆਤਮਾ ਨੇ ਇਹਨਾਂ ਨੂੰ ਪੁੱਠਿਆ ਚੱਕਰਾਂ 'ਚ ਪਾਇਆ ਸੀ, ਔਰ ਜੀਜ਼ਸ ਮਿਨਿਸਟਰੀ ਦੁਆਰਾ ਇਹਨਾਂ ਪ੍ਰਭੂ ਨੂੰ ਕਬੂਲ ਕੀਤਾ, ਔਰ ਬਹੁਤ ਸਾਰੇ ਪਰਿਵਾਰ ਇਹਨਾਂ ਆਪਣੇ ਇਸ ਮੀਟਿੰਗ ਦੇ ਵਿੱਚ ਲਿਆਂਦੇ, ਬੜੇ ਇਹਨਾਂ ਦੇ ਪਰਿਵਾਰ, ਕਿਉਂਕਿ ਬਾਈਬਲ 'ਚ ਲਿਖਿਆ ਤੂੰ ਬਚ ਤੇਰੇ ਨਾਲ ਤੇਰਾ ਘਰਾਣਾ ਬਚਾਇਆ ਜਾਵੇਗਾ, ਕਿੰਨੇ ਲੋਕ ਸੋਚਦੇ ਆ
ਆਮੇਨ ਤੋ ਬੱਚ ਤੇਰੇ ਨਾਲ ਤੇਰਾ ਘਰਾਣਾ ਬਚਾਇਆ ਜਾਵੇਗਾ ਧਰਮੀ ਦਾ ਵੰਸ਼ ਬਚਾਇਆ ਜਾਵੇਗਾ ਯਹਵਾ ਮੇਰਾ ਚਰਵਾਹਾ ਹੈ ਮੈਨੂੰ ਕੋਈ ਗੱਡੀ ਨਹੀਂ ਹੋਣੀ ਤਿੰਨ ਲੱਖ ਚੋਦੇ ਕੇ ਮੇਰਾ ਚਰਵਾਹਾ ਜਾਵਾ ਵਾ ਆਮੇਨ ਚਲੋ ਫਿਰ ਥੋੜਾ ਜਿਹਾ ਸਿਰ ਬੈਠ ਜੀ ਮੈਂ ਫਿਰ ਫੜੀ ਖੜੀ ਕਰਾਂਗਾ ਥੋੜਾ ਜਿਹਾ ਬੈਠ ਜਾਓ ਤਾਲੀਆਂ ਦੇ ਨਾਲ ਸਭ ਨੇ ਵਰਸ਼ਿਪ ਕਰਨੀ ਤਾਲੀਆਂ ਦੇ ਨਾਲ ਨਾਲਾ ਤਾਲੀਆਂ ਦੇ ਨਾਲ ਜਦੋਂ ਵਰਸ਼ਿਪ ਕਰਨੀ ਤਾਲੀਆਂ ਦੇ ਨਾਲ सब सच्चाई जगह मीटिंग करनी अज तुझे वाजिया अज की हर आशीष तुटी आज गवा के नहीं जाना अच प्रभु की ब्लैसिंग लेके जानी आ हालेलुया 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 जदे आउंदा